लोंडा बच्ची से, बाबू मुझे ना हमारे प्यार की निशानी चाहिए। कैसे कैसे लोग रहते हैं यार, हाँ तो फिर मेरे जदी तरीन ठरकियो कैसे हो? अच्छा तो मैं गधी लग रही हूँ जी। तो फिर बाबा जी अगर तो तुसी भी चेक करना चाहते हो कि तुहाडी मशूक तुहाडे नाल सच्चा प्यार कर दी है या नहीं, भी अपने नाम दा लोहे दा पहला स्पेलिंग लै उन्हें चूल्हे ते तत्ता करके अपनी मशूक दी किसी भी थां ते पीड़ा करके ठप्पा ला दियो। अगर तो उन्हें वो ठप्पा लवा लिया फिर समझ आया जी कि वो तुहाडे नाल सच्चा प्यार कर दी है जी, अदरवाइज समझ आया जी कि तुहानू वो कड़ाई करा रही है। काशी भाई मेरी भी ख्वाहिश है कि मेरी एक मशूक होवे जो मेरे नाम दा डब्ल्यू अपनी छज्जी लद दे थब्बे पत्त दे उत्ते लवा। और रंगीन प्रिंटर दी कालिए छाइए डब्ल्यू फार केड़ा पैसा थत्था फिर यार, रंग बिरंगियां बगैरतियां नूं साइड ते करने आ ते फिर करने आ अज दी वीडियो शुरू बगैर किसे बगैर। फिर अज दी वीडियो च मैं तुहानूं दुनिया दे एक ऐसी मखलूक दे नाल मिलावां जिहदे अंदर जहरीले कीड़े नहीं बल्कि तड़फीले डायनासोर पाए जांदे। यार ताशी यार मच्छर मारन वाली जलेबी ते दे यार, मच्छर बला वधन दे ओ जलेबी ते भरावा हुण कुछ होर मारन वास्ते इस्तेमाल हो रही। ਅਸੀਂ ਯਾਰ ਤਲ ਜਿਹੜੀ ਤਾਰ ਲਿਆਂਦੀ ਸੀ ਉਹ ਤੇ ਰੱਥੀ ਆ, ਉਹ ਇਲੈਕਟ੍ਰੀਸ਼ਨ ਆਇਆ ਤੇ ਉਹ ਮੰਨਣ ਦਿਆ ਯਾਰ, ਉੱਥੇ ਹੀ ਉਸ ਕਮਰੇ 'ਚ ਪਈ ਆ ਬੈੱਡ ਦੇ ਕੋਲ, ਉੱਥੇ ਤੇ ਤੂੰ ਨਹੀਂ ਆਇਆ ਯਾਰ, ਮੈਂ ਚੱਤੀ ਤਾ ਬਸ। ਫਿਰ ਭਰਾਵਾ ਉਹ ਲੈ ਗਈ ਹੋਣੀ ਉਹ ਖੋਤੀ ਦੀ ਬੱਚੀ, ਉਹ ਜਿਹੜੇ ਮਲੰਗ ਦੀ ਆਖਰੀ ਸੱਟ। ਯਾਰ ਤਾਸ਼ੀ 20 ਰੁਪਈਏ ਤੇ ਦੇ ਯਾਰ, ਬਾਹਰ ਲੱਛਿਆਂ ਲਾਏ ਮੈਂ 2 ਲੱਛ ਲੈ ਕੇ ਆਉਣਾ ਇੱਥੇ ਤੇਲੇ ਵਾਸਤੇ ਤੇ ਸਪਨੇ ਵਾਸਤੇ। ਰੁਕੋ ਜਰਾ ਸਬਰ ਕਰੋ। ਅੱਛਾ 2 ਲੱਛੇ ਤੇ ਦੇਈ ਯਾਰ। 3 ਲੱਛੋ ਤੇ ਸਾਰਾ ਖਤਮ ਹੋ ਗਈ ਹੈ ਹੁਣ ਜੇ ਤੀਨਾ ਸੀ ਇਤੋ ਵਾਰੀ ਤੇਰਾ ਭੈਣ ਜਾਂ ਤੀਨਾ ਸਾਰਾ ਲੈ ਦੇ। I'm Duala, check you and me, and do your job. Earth is the name, been bullet it. Oye, diyo mo pa, no sali ne lacha ta tani chhadya hai. ਫਿਰ ਆਪਣੀ ਉਰਫੀ ਜਾਵੇ ਨਹੀਂ, ਸੋਰੀ ਆਪਣੀ ਨਹੀਂ, ਇਹਨੂੰ ਪੰਜੋ ਆਪਣੀ ਕਹਿਣਾ, ਮੇਰੇ ਹਿਸਾਬ ਨਾਲ ਆਪਣੇ ਆਪ ਨਾਲ ਇੱਕ ਬੜਾ ਵੱਡਾ ਜ਼ੁਲਮ। ਫਿਰ ਇੰਡੀਆ ਦੀ ਫੈਸ਼ਨ ਇੰਡਸਟਰੀ ਦੇ ਵਿੱਚ ਭੈਣ ਜੀ ਕੀ ਹਾਲੇ ਤਵੇ ਦੇ ਉੱਤੇ ਫੈਸ਼ਨ ਨੂੰ ਸੇਕਾ ਲਵਾਉਣ ਵਾਲੀ, ਜਿਹੜੇ ਬੰਦੇ ਨੂੰ ਨਹੀਂ ਨਾ ਜਾਣਦੇ ਹੋ ਮੇਰੇ ਹਿਸਾਬ ਨਾਲ ਇਸ ਦੁਨੀਆ ਦੇ ਸਭ ਤੋਂ ਅਜ਼ੀਮ ਤੇ ਖੁਸ਼ਕਿਸਮਤ ਲੋਕ, ਬੜੀ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਤੁਸੀਂ ਵੀ ਹੁਣ ਉਸ ਗਿਣਤੀ ਚੋਂ ਬਾਹਰ ਆ ਗਏ। ਫਿਰ ਤੁਸੀਂ ਵੀ ਹੁਣ ਸਾਡੇ ਵਰਗੇ ਮਜ਼ਲੂਮਾਂ 'ਚ ਸ਼ਾਮਲ ਹੋ, ਤੋ ਮੈਨੂੰ ਇਸ ਗੱਲ ਦੀ ਨਹੀਂ ਸਮਝ ਆਉਂਦੀ ਕਿ ਇਹ 4 ਮਿਲੀਅਨ ਗਾਂਡੂ ਕਿਹੜੀਆਂ ਗੁੱਠਾਂ 'ਚ ਵਸੇ ਯਾਰ, ਤੁਸੀਂ ਸੋਚੋ ਕਿ ਇਹਨਾਂ ਬੰਦਿਆਂ ਨੇ ਇਹਨੂੰ ਕੀ ਸੋਚ ਕੇ ਫਾਲੋ ਕੀਤਾ, ਇਹਨੂੰ ਫਾਲੋ ਕਰਨ ਨਾਲ ਚੰਗਾ ਬੰਦਾ ਖੁਦਕੁਸ਼ੀ ਕਰ ਲਵੇ। ਸਹੀ ਗੱਲ ਹੈ, ਬੰਦਾ 15ਵੀਂ ਮੰਜ਼ਲ ਤੇ ਜਾ ਕੇ ਆਪ ਨਾ ਛਾਲ ਮਾਰੇ, ਇਹਨੂੰ ਵੀ ਨਾਲ ਲੈ ਜਾਵੇ ਤੇ ਉੱਤੇ ਜਾ ਕੇ ਬੰਦਾ ਇਹਨੂੰ ਤੋਂ ਠੁੱਡ ਕਰਾ ਦੇ। ਖਤਮ। ਸਹੀ ਗੱਲ, ਇੰਸਟਾਗ੍ਰਾਮ ਵਾਲਿਆਂ ਨੂੰ ਇਹੋ ਜਿਹੀਆਂ ਯੱਕਾਂ ਦੀ ਆਈਡੀ ਦੇ ਉੱਤੇ ਨਾ ਫਾਲੋ ਵਾਲਾ ਬਟਨ ਹੀ ਪੱਟ ਦੇਣਾ ਚਾਹੀਦਾ ਯਾਰ, ਇਹੋ ਜਿਹੀ ਸ਼ੈ ਨੂੰ ਬੰਦਾ ਗਲਤੀ ਦੇ ਨਾਲ ਫਾਲੋ ਕਰ ਲਵੇ, ਵਾਪਸੀ ਤੇ ਬੰਦਾ ਫਿਰ ਨੁੱਚੜ ਕੇ ਹੀ ਹੁੰਦਾ ਜੀ। ਉਸ ਤੋਂ ਬਾਅਦ ਫਿਰ ਬਾਬਾ ਜੀ ਲੇਟੈਸਟ ਅਪਡੇਟ ਸੁਣੋ, ਠਰਕੀ ਉਹ ਟੱਟੀ ਵੀ ਆਨਲਾਈਨ ਵਿਕਣੀ ਸ਼ੁਰੂ ਹੋ ਗਈ ਜੀ। ਨਹੀਂ ਨਹੀਂ ਯਾਰ, ਮੈਂ ਉਰਫੀ ਜਾਵੇਦ ਦੀ ਗੱਲ ਨਹੀਂ ਕਰ ਰਿਹਾ, ਮੈਂ ਓਰੀਜਨਲ ਟੱਟੀ ਦੀ ਗੱਲ ਕਰ ਰਿਹਾ ਯਾਰ। ਉਹ ਤੁਸੀਂ ਚੈੱਕ ਕਰੋ ਭੈਣ ਜੀ, ਕਿੰਨੀ ਵੀ ਕੋਈ ਸੀਮਾ ਹੋਵੇ $0.20 ਦੀ ਟੱਟੀ ਪ੍ਰੋਵਾਈਡ ਹੋ ਰਹੀ, ਉਹ ਵੀ ਪੰਜੋ ਆਨਲਾਈਨ। ਉਹਨੇ ਕਿਹੜੇ ਸਾਲੇ ਗਾਂਡੂ ਨੇ ਜਿਹੜੇ ਟੱਟੀਆਂ ਖਰੀਦ, ਮੈਂ ਵੀ ਅਗਲੇ ਦਿਨ ਸੋਚ ਰਿਹਾ ਸੀ ਜਿਹੜੇ ਮਾਰਕੀਟਾਂ ਦੇ ਵਿੱਚ ਵਾਸ਼ਰੂਮ ਬਣਾ ਕੇ ਬੈਠੇ, ਇਹ ਸਾਲੇ ਇੰਨੇ ਅਮੀਰ ਕਿਵੇਂ ਹੋ ਜਾਂਦੇ? ਅਸਲ ਮਾਜਰਾ ਤੇ ਹੁਣ ਸਾਹਮਣੇ ਆਇਆ, ਇਹ ਚੂਤੀਆਂ ਪਹਿਲਾਂ ਟੱਟੀ ਕਰਵਾਉਣ ਦੇ 20 ਰੁਪਏ ਲੈਂਦੇ ਨੇ, ਫਿਰ ਅੱਗੋਂ 40 ਰੁਪਏ ਦੀ ਅਗਾਂ ਵੇਚ ਦਿੰਦੇ, ਉਹ ਵੀ ਆਨਲਾਈਨ। ਮਤਲਬ ਕਿ ਭਾਈ ਸਾਹਿਬ ਡਬਲ ਡਬਲ ਇਨਕਮ ਜਨਰੇਟ ਕਰ ਰਹੇ ਨੇ, ਮਾਲ ਸਾਰਾ ਗਰੀਬ ਆਵਾਮ ਦਾ ਹੁੰਦਾ ਤੇ ਕਮਾਈ ਇਹ ਸਾਲੇ ਕਰੀ ਹੁੰਦੇ ਨੇ। ਆਹਾ, ਫਿਰ ਅਗਰ ਆਨਲਾਈਨ ਇਡੀਆਂ ਗੰਦੀਆਂ ਛਾਵਾਂ ਵੇਖ ਸਕਦੀਆਂ ਤੇ ਫਿਰ ਉਰਫੀ ਜਵੇਦ ਵਾਲਾ ਕੀੜਾ ਤੇ ਗੱਲ ਹੀ ਕੋਈ ਨਹੀਂ। ਬਾਤ ਸਹੀ, ਤੁਹਾਨੂੰ ਮੈਂ ਅੱਜ ਤੱਕ ਬੜੇ ਬੜੇ ਯੱਕ ਵਹਾਏ ਨੇ ਜੀ, ਕਿ ਅਸੀਂ ਸਾਰਿਆਂ ਨੇ ਰਲ ਕੇ ਉਹਨਾਂ ਦੇ ਅੰਦਰ ਦੇ ਕੀੜੇ ਵੀ ਵੇਖੇ, ਤੁਸੀਂ ਬੜੇ ਬੜੇ ਟਿਕਟੋਕਰ ਵੀ ਵੇਖੇ ਨੇ, ਉਹਨਾਂ ਦੇ ਅੰਦਰ ਦੇ ਚਮਕੀਲੇ ਕੀੜੇ ਵੀ ਵੇਖੇ, ਇਹ ਜਿਹੜੀ ਬੱਚੀ ਇਹਦਾ ਤੇ ਲੈਵਲ ਹੀ ਵੱਖਰਾ, ਇਹਦੇ ਅੰਦਰ ਤੇ ਭੈਣ ਚੋ ਕੋਈ ਅਜੀਬ ਹੀ ਮਖਲੂਕ ਕੇ ਆਮ ਪਜ਼ੀ, ਜਿਹੜੀ 24 ਘੰਟੇ ਚੁੱਲ ਮਚਾ ਕੇ ਰੱਖਦੀ ਤੇ ਇਹਨੂੰ ਬਚੋਦੀਆਂ ਮਾਰਨ ਦੇ ਮਜਬੂਰ ਕਰਦੀ, ਇਹਦੀਆਂ ਬਗੈਰਤੀਆਂ ਵੇਖ ਕੇ ਹਰ ਬੰਦਾ ਇਹੀ ਕਹਿੰਦਾ ਕਿ ਇਹਦੇ ਜਿਹੜੀ ਮੈਂਟਲ ਬੱਚੀ ਦੁਨੀਆ ਤੇ ਕੋਈ ਇਮਾਨਦਾਰ ਦੀ ਗੱਲ ਹੈ, ਫੈਸ਼ਨ ਦੀ ਤੇ ਇਸ ਕੁੜੀ ਨੇ ਭੈਣ ਟੰਗ ਕੇ ਰੱਖੀ, ਇਹਨੇ ਦੁਨੀਆ ਦੀ ਕੋਈ ਐਸੀ ਸ਼ੈ ਨਹੀਂ ਛੱਡੀ ਜਿਹਦਾ ਇਹਨੇ ਡਰੈਸ ਨਾ ਬਣਵਾਇਆ ਹੋਵੇ, ਤਾਰਾਂ ਰੱਸੀਆਂ ਬੋਰੇ ਲੱਛੇ ਇਹ ਸੰਗਲ ਵੀ, ਇੱਥੇ ਤੱਕ ਕਿ ਡੈਕਾਂ ਦੀਆਂ ਕਿਸ਼ਤਾਂ ਦੇ ਫੀਤੇ ਕੱਟ ਕੱਟ ਕੇ ਉਹਨਾਂ ਦੇ ਨਾਲ ਵੀ ਬਕਚੋਦੀ ਮਾਰ ਬੈਠੀ ਹੈ। ਆਪ ਹੀ ਵੇਖ ਲਓ ਭਾ, ਮੈਂ ਕਹਿੰਦਾ ਕਿ ਇਹਦੀਆਂ ਭੈਣੀਆਂ ਵੇਖ ਕੇ ਤੁਹਾਡੇ ਤਬਕ ਨਾਲ ਰੋਸ਼ਨ ਹੋਏ ਤੇ ਮੇਰਾ ਨਾਮ ਬਦਲ ਦਿਆ ਜੀ। ਜਿਹੜਾ ਨਸ਼ਾ ਨਸ਼ਾ ਤੇਰੀ ਅੱਖਾਂ ਵਿੱਚ ਆਵੇ ਕਿਸ਼ਤਾਂ ਬੇਕਾਰ ਨੇ, ਪਰ ਇੱਧਰ ਤੇ ਭਾਈ ਸਾਹਿਬ ਅਜੀਬ ਹੀ ਗੇਮਾਂ ਪਾ ਕੇ ਬੈਠੇ, ਉਰਫੀ ਜਵੇਦ ਨੂੰ ਤੇ ਕੋਈ ਵੱਟਾ ਮਾਰ ਦੇਵੇ ਤੇ ਅਗਲੇ ਦਿਨ ਇਹਨੇ ਉਹਨਾਂ ਵੱਟਿਆਂ ਦੇ ਡਰੈਸ ਬਣਾ ਕੇ ਪਾਇਆ ਹੁੰਦਾ, ਕਰ ਲਓ ਭਾਵੇਂ। ਨਹੀਂ ਅਗਰ ਕੋਈ ਕੁੱਤਾ ਮਾਰ ਕੇ ਜਾਏਗਾ ਅਗਲੇ ਦਿਨ ਕੁੱਤੇ ਬਣ ਲੈਗੀ ਆਪਣੇ ਨਾਲ। ਕੌਣ ਹੈ ਲੋਕ? ਉਰਫੀ ਜਵੇਦ ਅਗਲੇ ਦਿਨ ਲਟਰੀਨ ਚ ਟੁਰ ਗਈ, ਉੱਥੇ ਇਹਨੇ ਬਲੇਟ ਵੇਖ ਲਿਆ, ਪਤਾ ਨਹੀਂ ਸਾਲੀ ਤੀਤਾ ਪਟਾਕਿਆਂ ਵਾਲੀ ਨੇ ਪਹਿਲੀ ਵਾਰੀ ਵੇਖਿਆ, ਅਗਲੇ ਦਿਨ ਭਾਈ ਸਾਹਿਬ ਬਲੇਟਾਂ ਦਾ ਡਰੈਸ ਬਣਵਾ ਕੇ ਤੇ ਪਾਇਆ ਹੈ। ਨਹੀਂ ਯਾਰ ਭੈਣ ਤੂੰ ਬਲੇਟਾਂ ਦਾ ਕੌਣ ਡਰੈਸ ਬਣਵਾ ਕੇ ਪਾਉਂਦਾ, ਲੰਮੇ ਕੇਲੇ ਦੀ ਗਲੀਏ ਛਿਲੜੇ ਮਰੇ ਕੈਸਾ ਤੇਰਾ ਸ਼ੈਂਪੂ ਵਾਲੀ ਸ਼ੀਸ਼ੀ ਦੀ ਥੋੜੀ ਮੋਰੀ ਵਰਗਾ ਮੂੰਹ। ਸ਼ੁਕਰ ਕਰੋ ਇਹਦੇ ਅੱਗੇ ਕੁਝ ਨਹੀਂ ਆਇਆ, ਨਹੀਂ ਤੇ ਜਿਵੇਂ ਦਾ ਇਹਨੇ ਡਰੈਸ ਪਾਇਆ ਉਹਨੇ ਤੇ ਵਿਚਾਰੇ ਨੇ ਵੱਢਿਆ ਜਾਣਾ ਸੀ। ਅਸੀਂ ਅੱਕ ਨੇ ਤੇ ਦਰਖਤਾਂ ਦੇ ਪੱਤੇ ਵੀ ਨਹੀਂ ਬਖਸ਼ੇ, ਉਸ ਤੋਂ ਬਾਅਦ ਫਿਰ ਅਸੀਂ ਅੱਜ ਤੱਕ ਜਿਹੜੀ ਸ਼ਰਟ ਪਾਉਂਦੇ ਰਹੇ ਹਾਂ ਉਹ ਅਸੀਂ ਬਿਲਕੁਲ ਗਲਤ ਤਰੀਕੇ ਨਾਲ ਪਾਉਂਦੇ ਰਹੇ ਹਾਂ, ਸਾਨੂੰ ਖੁਦ ਨੂੰ ਅੱਜ ਤੱਕ ਸਹੀ ਸ਼ਰਟ ਪਾਉਣ ਦਾ ਤਰੀਕਾ ਹੀ ਕੋਈ ਨਹੀਂ ਪਤਾ, ਇੱਧਰ ਚੈੱਕ ਕਰੋ ਓੜੋ ਸ਼ਰਟ ਤੇ ਇੰਜ ਪਾਈ ਜਾਂਦੀ ਜੇ, ਇਮਾਨਦਾਰ ਦੀ ਗੱਲ ਅਗਰ ਇਹ ਸਾਰਾ ਕੁਝ ਫੈਸ਼ਨ ਹੈ ਨਾ ਤਾਂ ਫਿਰ ਸਹੀ ਗੱਲ ਅਸੀਂ ਪੱਕੇ ਚੁੱਕੀਏ, ਅਸੀਂ ਐਵੇਂ ਪਾਗਲਾਂ ਤਰ੍ਹਾਂ ਪੂਰੇ ਪੂਰੇ ਕੱਪੜੇ ਪਾ ਕੇ ਤੇ ਲੱਗੇ ਫਿਰਨੇ ਆ, ਸਾਨੂੰ ਤੇ ਨੰਗਿਆਂ ਫਿਰਨਾ ਚਾਹੀਦਾ। ਉਸ ਤੋਂ ਬਾਅਦ ਫਿਰ ਹੁਣ ਮੈਂ ਤੁਹਾਨੂੰ ਦੱਸਣਾ ਕਿ ਮੈਡਮ ਸਾਹਿਬ ਇਹ ਸਾਰੀਆਂ ਬਗੈਰਤੀਆਂ ਮਾਰਦੀ, ਫਿਰ ਇੱਕ ਚੁੱਤੀਆ ਮੋਟੀਵੇਸ਼ਨਲ ਜੋੜੂ ਹੈ, ਉਹਨੇ ਕੁਝ ਬਗੈਰਤੀ ਵਾਲੇ ਫੱਟੇ ਡਾਏ ਨੇ ਤੇ ਉਹਦੀ ਵੀ ਸੁਣ ਲਓ। ਉਰਫੀ ਜਾਵੇਦ ਆਪਣੇ ਡਰੈਸਿੰਗ ਸਟਾਈਲ ਕੋ ਲੇਕਰ ਕਾਫੀ ਚਲਚੇ ਮੇ ਰਹੇ, ਉਹ ਜ਼ਬਰਦਸਤੀ ਦੇ ਨਾਲ ਪੈਦਾ ਹੋਣ ਵਾਲੇ ਘੜੋਲੇ, ਨਹੀਂ ਇਹਦੀਆਂ ਇਹ ਬਗੈਰਤੀਆਂ
हाल ही में इन्होंने एक चीज का खुलासा किया अपनी जिंदगी के बारे में, अपने पास्ट को लेकर एक बात बताई। मुझे लगता बच्चा को चाहिए गलत सुन लगा है, फुल ध्यान ना सुने यार। 15 साल की एज में इनकी एक फोटो पॉर्न वेबसाइट पर अपलोड कर दी गई थी। हाँ जी, फिर इन्होंने उदों दा सोच लिया कि हुण मैं सोशल मीडिया दे हर एक प्लेटफॉर्म बना के छड़ना है। दुनिया वड़ जाए दे लोग किसे डूंगे खप्पे दे, इनू बस अपने यक्की कुचुले नाल मतलब है। लखनऊ में थी ये जब, और इन्होंने ऑफ शोल्डर एक टॉप के साथ फोटो क्लिक करी थी और उस फोटो को इन्होंने फेसबुक पर अपलोड किया था। फिर सब रिश्तेदारों को ये बात पता लगी, फोटो वायरल हुई, वो इन्होंने अपनी जान देने की कोशिश भी करी। सबका पास्ट होता है कुछ। ओ चीचा वतनी दे खुब्बे टोपे ओ चमकन वाले गाले, तेरी गल दी कोई सेंस है? तस्वीरों ने अपलोड की थी, वो भी फेसबुक देते, वो भी मोडा नंगा करके। उस बाद फिर अगर किसी चूतिए ने उन्हें पोर्न वेबसाइट देते अपलोड कर भी दिता, ये दे छगने नु भार नहीं। अगर ते इन्हें इन्ना ही सी, फिर इन्हें फेसबुक देते अपना मोडा नंगा करके क्यों पोस्ट की? उस बाद फिर मैनू ये चूतियां रिश्तेदार की नहीं समझ आ रहे, सारे मुठो चूतिए नहीं, साले सारा दिन और वेबसाइटा से रेंदे सन जेड़े पैसे दस्ती ये तस्वीर नजर साफ लाओ ना यकां दा फेसबुक देते किसी यक ने नहीं वेखी, और वेबसाइटा से जाकते चस्के पे लेंदे। अगले च गांडू को फिल्म सुनानी है तो कुछ अज दी सुना है कि बच्चो दी मां साला मोटिवेशनल स्पीकर च जिवें दे काम है मेरे साहब लो जी नवी सुनो, इस ड्रेस नु बनन ते 10-15 दिन लग गए। पता की कर तू ना अपना डिजाइनर बदल, इन्हें मेरे हिसाब नाल कोई बंदा डिजाइनर रखे। इनू मेरा फ्री दा मशवरा है, तू कुत्ते बिल्ले या कपड़े टुकन नाल चुवे, क्योंकि तेरे यहां कपड़े नु त्रोपे घट ते टोक ज्यादा हुंदे ने। क्या बात है सर। फिर जेड़े बंदे हुंदे ने उहनां दे कोलों कपड़े बहुत औखे पाड़ नाले, बंदे ते भाई साहब कपड़े नहीं बल्कि कुछ होर पाड़न दी काम हुंदे ने। मतलब कि यार अगर कोई लकड़ शकड़ पाड़नी हो या कोई और औखा जा काम, फिर तू तो किसी जानवर दे नाल रابطہ कर, मेरी मन कोई हल्का कुत्ता हायर कर, तेरी सही पाड़ के रखे। ओए बाबा आ अपना सलवार ते कमीज यार, पर एक मिनट इहदे कपड़े ते भैन सलवार कमीज आंदी कोई, तेनू कोई बंदा अगों वेख लवे ना ते उहदा रिएक्शन इहो जिहा हुंदा है। संस्कार उससे बड़े हैं इसके। चेक करया जो संस्कारां दी भैन नू वड़न लगा जी। बस यार अगर वीडियो चाहिए वीडियो लाइक मारो, इससे ज्यादा इधर फैशन मैं जो बर्दाश्त कर सकता, फिर कमेंट करके दसो कि वीडियो तुम्हें कैसी लगी, अपने लाल बटन का भी कोई हिसाब किताब ला लिया। फिर मैं मिलांगा तुम्हें अगली वीडियो चो भी किसी अजीब यकी दे नाल। खत्म। इंसान भी क्या चीज है, एक में वफा नहीं और दूसरे को वफा की उम्मीद है। इंसान भी क्या चीज है, झूठ की सजा नहीं तो तुम लगाने पे।